ਅਸਲਾਮੁਅਲੈਕੁਮ ਜੀ, ਵੈਲਕਮ ਬੈਕ। ਅੱਜ ਮੈਂ ਸੁਬਹਾ ਸੁਬਹਾ ਉੱਠ ਕੇ ਜਾ ਰਿਹਾ ਵਨੇਸੀਆ ਮਤਲਬ ਵੀਨਸ। ਅਤੇ ਜੇ ਮੈਂ ਥੋੜ੍ਹਾ ਜਿਹਾ ਹੋਰ ਇਲੈਬੋਰੇਟ ਕਰਾਂ ਤਾਂ ਤੁਸੀਂ ਸੁਣਿਆ ਹੋਣਾ ਇਟਲੀ 'ਚ ਇੱਕ ਸ਼ਹਿਰ ਹੈ ਜਿਹੜਾ ਪਾਣੀ ਦੇ ਵਿੱਚ, ਬਸ ਅੱਜ ਮੈਂ ਉੱਥੇ ਜਾ ਰਿਹਾ। ਹੁਣ ਉੱਥੇ ਕਿਉਂ ਜਾ ਰਿਹਾ ਇਹ ਵੀ ਤੁਹਾਨੂੰ ਦੱਸਦੇ ਹਾਂ। ਉੱਥੇ ਆ ਰਹੇ ਨੇ ਆਪਣੇ ਹਾਫਜ਼ ਅਬਾਸ ਸਾਹਿਬ। ਹਾਫਜ਼ ਅਬਾਸ ਸਾਹਿਬ ਕੌਣ ਨੇ? ਉਹ ਇੱਕ ਬੜੇ ਇੰਟਰਸਟਿੰਗ ਜਿਹੇ ਕਰੈਕਟਰ ਨੇ। ਅੱਜ ਤੁਹਾਡੀ ਉਹਨਾਂ ਨਾਲ ਵੀ ਕਰਾਵਾਂਗੇ ਮੁਲਾਕਾਤ। ਅਗਰ ਉਹਨਾਂ ਕਿਹਾ ਵੀ ਨਹੀਂ ਮੈਂ ਵੀ ਲੋਕ 'ਚ ਨਹੀਂ ਆਉਣਾ ਚਾਹੁੰਦਾ, ਅਗਰ ਉਹਨਾਂ ਇਹ ਨਾ ਕਿਹਾ ਤਾਂ ਫਿਰ ਤੁਹਾਡੀ ਮੁਲਾਕਾਤ ਕਰਾਵਾਂਗੇ। ਹਾਫਜ਼ ਅਬਾਸ ਸਾਹਿਬ ਸਮਝ ਲਓ ਕਿ ਸਾਡੇ ਇੱਕ ਬਚਪਨ ਦੀ ਇੱਕ ਫੈਮਿਲੀ ਫਰੈਂਡ ਨਹੀਂ ਹੈ, ਸਮਝ ਲਓ ਕਿ ਵੱਡੇ ਭਰਾਵਾਂ ਜਿੰਨੇ ਹੀ ਰੁਤਬਾ ਹੈ ਉਹਨਾਂ ਦਾ ਮੇਰੀ ਨਜ਼ਰ 'ਚ। ਅਤੇ ਮੈਂ ਲੇਟ ਪਹੁੰਚਣਾ ਥੋੜ੍ਹਾ, ਮੈਂ ਪਰੂਫ ਬਣਾ ਰਿਹਾ ਕਿ ਮੈਂ ਲੇਟ ਕਿਉਂ ਪਹੁੰਚਣਾ। ਬਾਰਿਸ਼ ਹੋ ਰਹੀ ਹੈ ਅਤੇ ਉਹਦੀ ਵਜ੍ਹਾ ਤੋਂ ਥੋੜ੍ਹੀ ਜਿਹੀ ਟ੍ਰੈਫਿਕ ਵੀ ਜੈਮ ਹੈ। ਉਹ ਵੈਸੇ ਵੀ ਇੱਥੇ ਸੁਬਹਾ ਸੁਬਹਾ ਜਦੋਂ ਹਰ ਬੰਦਾ ਨਿਕਲਦਾ ਘਰੋਂ ਕੰਮ ਵਾਸਤੇ, ਅਤੇ ਇਸ ਟਾਈਮ ਤਕਰੀਬਨ ਟ੍ਰੈਫਿਕ ਪੈਕ ਹੀ ਹੁੰਦੀ ਹੈ। ਮੈਨੂੰ ਥੋੜ੍ਹਾ ਜਿਹਾ ਜਲਦੀ ਨਿਕਲਣਾ ਚਾਹੀਦਾ ਸੀ, ਲੇਕਿਨ ਮੈਂ ਸੁਬਹਾ ਸੁਬਹਾ ਵੀ ਜਾ ਕੇ ਉੱਥੇ ਕੀ ਕਰਨਾ ਸੀਗਾ। ਖੈਰ ਇੱਥੋਂ ਆਇਆ ਤਕਰੀਬਨ 350 ਕਿਲੋਮੀਟਰ ਦਾ ਸਫ਼ਰ, ਉਹ ਕਰਕੇ ਅਸੀਂ ਪਹੁੰਚਣਾ ਅਤੇ ਨਾਲ ਤੁਹਾਨੂੰ ਅਪਡੇਟ ਕਰਾਂਗੇ ਅੱਜ ਸਾਰਾ, ਨਾਲੇ ਵੀਨਸ ਵੀ ਵਿਖਾਵਾਂਗੇ। ਤੁਸੀਂ ਦੇਖ ਰਹੇ ਹੋਣੇ ਵੀ ਲੋਕ ਮੇਰੇ ਥੋੜ੍ਹੇ ਘੱਟ ਆ ਰਹੇ ਨੇ, ਉਹਦੀ ਵਜ੍ਹਾ ਇੱਕ ਤਾਂ ਮੈਂ ਬਿਜ਼ੀ ਬਹੁਤ ਜ਼ਿਆਦਾ ਹਾਂ, ਦੂਸਰਾ ਇਹ ਕਿ ਮੈਂ ਨਾ ਕੋਈ ਬੰਦਾ ਕੋਈ ਨਵੀਂ ਚੀਜ਼ ਕਰੇ, ਨਵਾਂ ਟਰੈਵਲ ਕਰੇ, ਫਿਰ ਹੀ ਲੋਕ ਬਣਾਈਏ। ਹੁਣ ਡੇਲੀ ਸੇਮ ਰੂਟੀਨ 'ਚ ਕੀ ਲੋਕ ਸਾਡਾ ਮੂੰਹ ਵੇਖ ਕੇ ਵੀ ਕਿਸੇ ਨੇ ਕੀ ਕਰਨਾ। ਚਲੋ ਬੰਦਾ ਕਿਸੇ ਨੂੰ ਕਮ ਅਜ਼ ਕਮ ਜਗ੍ਹਾ 'ਤੇ ਵੀ ਚੰਗੀ ਵਿਖਾਵੇ ਨਾ। ਅਤੇ ਅੱਜ ਇਨਸ਼ਾਅੱਲਾ ਤਾਲਾ ਤੁਹਾਨੂੰ ਵੀਨਸ ਵੀ ਭਰਾਉਂਦੇ ਹਾਂ ਅਤੇ ਹਾਫਜ਼ ਅਬਾਸ ਸਾਹਿਬ ਨੂੰ ਵੀ ਬੁਲਵਾਉਂਦੇ ਹਾਂ, ਠੀਕ ਹੈ? ਅੱਛਾ ਜੀ, ਮੈਂ ਵਨੇਸੀਆ ਪਹੁੰਚ ਗਿਆ। ਇੱਥੋਂ ਹੁਣ ਹਾਫਜ਼ ਸਾਹਿਬ ਨੇ ਜਿਹੜੀ ਲੋਕੇਸ਼ਨ ਭੇਜੀ ਸੀ ਉੱਥੇ ਪਹੁੰਚ ਗਿਆ। ਇੱਧਰੋਂ ਕਿੱਧਰੋਂ ਨਿਕਲਣਾ ਉਹਨਾਂ, ਹੁਣ ਵੱਲਾ ਆਲਮ ਕਿੱਧਰੋਂ ਨਿਕਲਦੇ ਨੇ। ਕੋਸ਼ਿਸ਼ ਕਰਾਂਗੇ ਕਿ ਇਸ ਲਮਹੇ ਨੂੰ ਕੈਮਰੇ 'ਚ ਕੈਚ ਕਰ ਸਕੀਏ। ਅਤੇ ਤੁਸੀਂ ਤਾਂ ਬਾਰਿਸ਼ ਵਾਲਾ ਮੌਸਮ ਬਣਿਆ, ਹਲਕੀ ਫੁਲਕੀ ਹੋ ਰਹੀ ਹੈ ਬੂੰਦਾਬਾਂਦੀ, ਅਤੇ 12 ਵਜੇ ਫੁੱਲ ਤੇਜ਼ ਬਾਰਿਸ਼ ਹੈ। ਅਤੇ ਇਸ ਟਾਈਮ 10 ਵੱਜ ਗਏ ਨੇ ਤਕਰੀਬਨ, ਅਤੇ ਕੋਸ਼ਿਸ਼ ਕਰਨੀ ਹੈ ਅਸੀਂ ਕਿ 2 ਘੰਟੇ ਦੇ ਵਿੱਚ ਮੈਕਸੀਮਮ ਜਿੰਨਾ ਹੋ ਸਕੇ ਉਨਾ ਫਿਰ ਲਈਏ। ਇਹ ਵਾਲਾ ਸਭ ਇੱਧਰ ਵਾਲਾ, ਇੱਧਰ ਵਾਲਾ, ਇੱਧਰ ਉਹ ਤਾਂ ਬੈੱਲ ਜੇ ਕਿਸੇ ਦੇ ਘਰ ਦੀ, ਇਹ ਵਾਲਾ ਜਿਹੜਾ ਇਹ ਜੇ ਨਹੀਂ ਖੁੱਲਿਆ, ਆਹ ਸਭ ਅੰਦਰ ਫਸ ਗਏ, ਖੁੱਲ ਗਿਆ ਜੀ, ਆ ਜਾਓ। ਮੈਂ ਕਹਿ ਕੈਚ ਕਰਨੇ ਨੇ ਕੈਮਰੇ 'ਚ, ਆਓ ਨਾ ਬਾਹਰ ਆਓ ਪਹਿਲੇ। ਅਸਲਾਮੁਅਲੈਕੁਮ। ਵਾਲੇਕੁਮ ਸਲਾਮ ਸਾਹਿਬ, ਵੈਲਕਮ ਟੂ ਇਟਲੀ। ਖੈਰ ਜਨਾਬ, ਥੈਂਕ ਯੂ, ਸ਼ੁਕਰੀਆ, ਕੋਈ ਮਿਹਰਬਾਨੀ ਕਾਦੀ। ਹੋਰ ਸੁਣਾਓ, ਠੀਕ ਠਾਕ? ਸਭ ਸ਼ੁਕਰ ਅੱਲਾਹ ਦਾ, ਤੁਸੀਂ ਸੁਣਾਓ? ਕੈਸਾ ਟੂਰ ਚੱਲ ਰਿਹਾ ਯੂਰਪ ਦਾ ਤੁਹਾਨੂੰ? ਟੂਰ ਬੜਾ ਬਿਹਤਰੀਨ। ਅੱਛਾ, ਬਾਰਿਸ਼ ਦਾ ਮੌਸਮ ਹੈ। ਤੇ ਮੈਂ ਜਿਹੜਾ ਨਾ ਯਾਕਬ ਸਾਹਿਬ ਨਾਲ ਵੀਨਸ ਦੀ ਕਿਸ਼ਤੀ ਚੜ੍ਹਾਉਣਾ, ਸੁਣਾ ਉਹਨਾਂ ਦਾ ਸਟਾਈਲ ਮਾਰਨਾ, ਤੇ 12 ਵਜੇ ਬਾਰਿਸ਼ ਸ਼ੁਰੂ ਹੋਣੀ ਹੈ, ਤੇ ਫਿਰ ਵਕਤ ਬਹੁਤ ਜਲਦੀ ਆ। ਓਕੇ, ਹੋ ਗਿਆ, ਓਕੇ।
ਅੱਛਾ ਜੀ, ਅਸੀਂ ਨਾਸ਼ਤਾ ਵਗੈਰਾ ਕਰਕੇ ਅਤੇ ਹੁਣ ਆ ਗਏ ਹਾਂ ਮੇਨ ਵੀਨਸ ਸਿਟੀ 'ਚ। ਤੁਸੀਂ ਵੇਖ ਸਕਦੇ ਹੋ ਖੁਦ ਵੀ ਇਹ ਫੇਮਸ ਪੁੱਲ ਹੈ ਜਿਹੜਾ ਵੀਨਸ ਨੂੰ ਜੋੜਦਾ ਬਾਕੀ ਦੇ ਸ਼ਹਿਰ ਨਾਲ। ਇਹ ਅੱਗੋਂ ਸਾਰਾ ਪਾਣੀ ਦੇ ਵਿੱਚ ਸ਼ਹਿਰ ਸ਼ੁਰੂ ਹੋ ਗਿਆ। ਇਨ ਸ਼ਾ ਅੱਲਾਹ ਧਰਾਵ ਸਾਹਿਬ ਨੂੰ ਅਸੀਂ ਪਾਵਾ ਕਰਾਵਾਂਗੇ, ਪੂਰਾ ਇੰਜੋਏ ਕਰਾਵਾਂਗੇ। ਧਰਾਵ ਸਾਹਿਬ ਬਿਲਕੁਲ ਜੀ, ਆਦਰ ਸਾਹਿਬ ਨਾਲ ਅੱਜ ਵੀਨਸ ਵੇਖਣ ਲੱਗੇ ਹਾਂ ਅਸੀਂ। ਇੱਥੇ ਪਤਾ ਬੜੀਆਂ ਮੂਵੀਜ਼ ਵਗੈਰਾ ਵੀ ਬਣੀਆਂ ਨੇ, ਬੜਾ ਹਿਸਟੋਰੀਕਲ ਸਿਟੀ ਹੈ, ਬੜਾ ਆਪਣਾ ਅਰਮਾਨ ਸਰੋਵਰ ਹੈ। ਮੌਸਮ ਨੇ ਥੋੜ੍ਹਾ ਜਿਹਾ ਮਜ਼ਾ ਖਰਾਬ, ਧੁੱਪ ਹੁੰਦੀ ਨਾ ਹਲਕੀ ਹਲਕੀ, ਫਿਰ ਜ਼ਿਆਦਾ ਮਜ਼ਾ। ਇੱਕ ਤਾਂ ਫੋਟੋ ਵੀਡੀਓ ਬੜੀ ਅੱਛੀ ਬਣਨੀ ਸੀ, ਅਤੇ ਉੱਤੋਂ ਸਰਦੀ ਨਹੀਂ ਲੱਗਣੀ, ਸਰਦੀ ਲੱਗਣੀ। ਠੀਕ ਹੈ, ਚਲੋ ਅੱਲਾ ਖੈਰ। ਅਸੀਂ ਬੋਟ 'ਤੇ ਬੈਠੇ ਹਾਂ। ਹਾਂ ਸਾਹਿਬ ਇੱਧਰ ਆਓ। ਇਹ ਪੁੱਲ ਜਿਹੜਾ ਨਾ ਸਪਾਈਡਰਮੈਨ ਫਿਲਮ ਨਹੀਂ ਫਾਰ ਫਰਮ ਹੋਮ, ਸਪਾਈਡਰਮੈਨ ਫਾਰ ਫਰਮ ਹੋਮ, ਉਹਦੇ 'ਚ ਉਹਨਾਂ ਤਬਾਹ ਕਰ ਦਿੱਤਾ ਸੀ ਇਹ ਜਿਹੜਾ ਪੁੱਲ ਤੁਸੀਂ ਵੇਖ ਰਹੇ ਹੋ। ਹਾਂ ਸਾਹਿਬ, ਇਹ ਪੁੱਲ ਦੀ ਹਿਸਟਰੀ ਤੁਹਾਨੂੰ ਦੱਸੀ ਹੈ ਨਾ, ਸਪਾਈਡਰਮੈਨ ਨਹੀਂ ਮੂਵੀ ਜਿਹੜੀ, ਉਹਦੇ 'ਚ ਤਬਾਹ ਕਰ ਦਿੱਤਾ ਗਿਆ ਸੀ, ਇਹ ਦੁਬਾਰਾ ਬਣਾਇਆ। ਉਹ ਵੀ ਐਫ ਐਕਸ ਬਣਾਇਆ ਗਿਆ। ਇਹ ਦੇਖੋ ਜੀ ਨਜ਼ਾਰੇ, ਹਾਦ ਸਾਹਿਬ ਪੂਰਾ ਇੰਜੋਏ ਕਰ ਰਹੇ ਨੇ ਮਾਸ਼ਾਅੱਲਾ। ਪੂਰਾ ਮਾਹੌਲ ਹੀ ਹੋਰ ਹੈ, ਗੱਲਾਂ ਹੀ ਹੋਰ ਨੇ, ਗੱਲਾਂ ਹੀ ਹੋਰ ਨੇ ਭਾਜੀ। ਪੂਰਾ ਮਜ਼ਾ ਆ ਰਿਹਾ, ਪੂਰਾ ਮਜ਼ਾ, ਬਿਜ਼ਨਸ ਬਿਜ਼ਨਸ। ਐਵੇਂ ਨਹੀਂ ਜਦੋਂ ਪਾਣੀ ਦੀ ਸਰਦੀ ਨਹੀਂ ਕਿਹਾ ਗਿਆ, ਪਾਣੀ ਦਾ ਸ਼ਹਿਰ ਕਿਹਾ ਗਿਆ, ਸਿਟੀ ਆਫ ਵਾਟਰ ਬਿਜ਼ਨਸ। ਮਾਈ ਨੇ ਵੀ ਵੀਡੀਓ ਬਣਾਉਣੀ, ਉਹਨੂੰ ਜਗ੍ਹਾ ਦਈ ਹੋਣਾ। ਨਹੀਂ ਮਾਈ ਨੂੰ ਜਦੋਂ ਪਰ ਅਸੀਂ ਬੜੀ ਗੌਰ ਪੈਂਦਾ ਕਰਕੇ ਆਏ ਹਾਂ, ਇਹਨੇ ਦਈ ਹੈ 100 ਮਿੰਟ। ਸਾਡਾ ਨੰਬਰ ਪਹਿਲਾਂ ਲੱਗਿਆ ਤਾਂ ਅਸੀਂ ਪਹਿਲਾਂ ਕੈਮਰਾ ਖੋਲ੍ਹ ਕੇ ਖਲੋਤੀ ਹੈ, ਉਹਨੂੰ ਦਈ ਹੈ ਜਗ੍ਹਾ, ਸਾਨੂੰ ਮਿਲਨੇ ਆ ਮੇਰਾ ਨਹੀਂ ਦਿਲ। ਹਾਫਿਜ਼ ਸਾਹਿਬ ਜਿਹੜਾ ਨਾ ਕਿਸ਼ਤੀ ਦੀ ਰਾਈਡ ਲੈ ਕੇ ਜਨਾਬ ਹੁਣ ਅਸੀਂ ਆ ਗਏ ਹਾਂ ਪਿਆਸਾ ਸੈਨ ਮਾਰਕੋ। ਇਹ ਵੀ ਬੜੀ ਫੇਮਸ ਜਗ੍ਹਾ ਵੀਨਸ ਦੀ, ਵੀਨਸ ਆਓ, ਇਹਦੇ ਬਗੈਰ ਵੀਨਸ, ਇਹ ਵਿਜ਼ਿਟ ਕਰਨ ਤੋਂ ਬਗੈਰ ਵੀਨਸ ਇਨਕੰਪਲੀਟ ਹੈ। ਅਤੇ ਹੁਣ ਹਾਫਿਜ਼ ਸਾਹਿਬ ਨੂੰ ਅਸੀਂ ਇੱਥੇ ਲੈ ਕੇ ਚੱਲੇ ਹਾਂ। ਹਾਫਿਜ਼ ਸਾਹਿਬ ਬੀਵੀ ਨੇ ਥੋੜ੍ਹਾ ਫੋਨ 'ਤੇ ਜਨਾਬ ਇਹ ਦੁੱਖਾ ਕੀ ਲਿਖਿਆ ਵਨੇਸੀਆ ਕਿਸ਼ਤੀ ਦਾ ਮਜ਼ਾ ਲੈ ਲਿਆ, ਮਜ਼ਾ ਲੈ ਕੇ ਦੇਣ ਲੱਗੇ ਸਿਰਾਣੇ ਸੁਣਾ ਲਾ ਲਈ, ਦੁੱਖ ਵੀ ਨਜ਼ਰ ਆ ਗਈ ਹੈ। ਕਿੱਥੇ ਜੇ ਦਿੱਲੀ ਹੈ। ਹਾਂ ਸਾਹਿਬ ਅੰਦਰੂਨ ਵੀਨਸ ਫਿਰ ਰਹੇ ਨੇ ਇਸ ਟਾਈਮ, ਜਿਸ ਤਰ੍ਹਾਂ ਅੰਦਰੂਨ ਲਾਹੌਰ ਹੈ ਉਸ ਤਰ੍ਹਾਂ ਅੰਦਰੂਨ ਵੀਨਸ ਵੀ ਹੈ। ਇਹ ਗਲੀਆਂ ਫਿਰਨ ਵਾਲੀਆਂ, ਅਗਰ ਕਦੀ ਆਓ ਤਾਂ ਬਾਹਰੋਂ ਮੋਟਾ ਮੋਟਾ ਪਾਣੀ ਵੇਖ ਕੇ ਨਾ ਚੱਲ ਜਾਇਓ, ਅੰਦਰ ਸਾਰਾ ਫਿਰ ਕਾਜ਼ਾ। ਅੱਛਾ, ਮੈਨੂੰ ਆਪਣੀ ਕੰਪਨੀ ਯਾਦ ਆ ਗਈ ਹੈ। ਪਿਆਸਾ ਕਿੱਧਰ ਗਿਆ ਜਿਹੜਾ ਫਿਰਨਾ ਸੀ, ਕੀ ਫਿਰਨਾ ਸੀ? ਉਹ ਜਿੱਧਰ ਆਏ ਆ ਸਪੈਸ਼ਲ। ਕਰਕੇ ਲਾਉਣੇ ਕਿ ਇਹ ਕੀ ਸ਼ਾਇਦ ਹਾਸ਼ਿਲ ਕੀਤਾ।
ਮੇਰੇ ਵਲੌਗ ਦਾ ਬਿਹਤਰੀਨ ਕਲਿੱਪ ਬਣ। ਟਾਵਰ ਹੀ ਵਿਖਾਓ ਨਾ ਪੂਰਾ ਉੱਤੇ ਨੂੰ। ਸਿਰਫ ਆ ਜਿਹੜੀ ਕੰਸਟਰਕਸ਼ਨ ਇਹਨਾਂ ਦੀ ਨਾ, ਇਹਨਾਂ ਦੀ ਮੈਨੂੰ ਬਹੁਤ ਗੁੱਸਾ ਚੜ੍ਹਦਾ, ਹਰ ਟਾਈਮ ਲੱਗੇ ਰਹਿੰਦੇ ਨੇ ਕੋਈ ਨਾ ਕੋਈ ਤੋੜ। ਇਹ ਜੀ ਹਾਫਿਜ਼ ਸਾਹਿਬ ਮੋਸਟ ਫੇਮਸ ਪਲੇਸ ਆਫ ਇਟਲੀ ਫਿਰਦੇ ਨੇ ਇਸ ਟਾਈਮ, ਮਾਸ਼ਾਅੱਲਾ ਪਾਕਿਸਤਾਨ ਦੀ ਕੋਰ ਆਫ ਦੀ ਹਾਰਟ ਦੇ ਵਿੱਚ। ਬਿਲਕੁਲ ਇਹ ਪੁਆਇੰਟ ਹੈ, ਬਿਲਕੁਲ ਮੰਦਰ ਦੇ ਵਿੱਚ। ਹਾਂਜੀ, ਜਿਹੜਾ ਕਿ ਬਹੁਤ ਜ਼ਿਆਦਾ ਪੁਰਾਣਾ ਔਰ ਤਰੀਖੀ ਹੈ। ਹਾਂਜੀ, ਇਹਦਾ ਸਟਰਕਚਰ ਤੁਸੀਂ ਦੇਖੋ, ਬਿਲਡਿੰਗ ਦਾ, ਉਸ ਤੋਂ ਬਾਅਦ ਜਿਹੜੇ ਸਟੈਚੂਸ ਬਣੇ ਦੇ ਨੇ, ਇਹ 30 ਸਾਲ ਨੇ, ਇਹ ਪਤਾ ਨਹੀਂ ਕਿੰਨੇ 100 ਸਾਲ ਪੁਰਾਣਾ ਹੈ। 100 ਸਾਲ ਪੁਰਾਣਾ। ਮੇਰੇ ਖਿਆਲ ਬਾਰਿਸ਼ ਆ ਰਹੀ ਤੇ ਅਸੀਂ ਛੱਤਰੀ ਕੱਢੀਏ। ਬਾਰਿਸ਼ ਨੇ, ਮੌਸਮ ਨੇ ਬੜਾ ਕੰਮ ਖਰਾਬ ਕੀਤਾ ਸਾਡਾ। ਆ ਵੇਖੋ ਇਹਨਾਂ ਦੇ ਟੂਰ ਗਾਈਡ ਤੇ ਮੈਂ ਤੁਹਾਡਾ ਟੂਰ ਗਾਈਡ, ਉਹਨਾਂ ਨੂੰ ਮਾਈ ਡਈ ਸਮਝਾਉਣ ਸਾਰੀਆਂ ਚੀਜ਼ਾਂ। ਇੱਧਰ ਵੀ ਆਰਕੀਟੈਕਚਰ ਵਹਿੰਦੇ ਹੋ ਜੀ, ਆਵਾਮ ਸਾਰੀ ਬਾਰਿਸ਼ 'ਚ ਵੀ ਨਹੀਂ ਸਾ ਵਹਿੰਦੇ, ਆ ਰਹੇ ਨੇ ਜਾ ਰਹੇ ਨੇ, ਅਫਰਾ ਤਫਰੀ ਹੈ। ਕੈਸਾ ਲੱਗ ਰਿਹਾ ਤੁਹਾਨੂੰ? ਦੁਨੀਆ ਹੀ ਹੋ ਰਹੇ, ਪਾਣੀ ਦੇ ਸ਼ਹਿਰ ਆ। ਵੇਖ ਐਵੇਂ ਝੂਠ ਨੀ ਮਾਰਦੇ ਅਸੀਂ, ਜਿੱਥੇ ਪਾਣੀ ਨਹੀਂ ਹੈ ਉੱਥੇ ਗੱਡਰ ਹੀ ਨਿਕਲਾ। ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਇਸ ਵਜ੍ਹਾ ਤੋਂ। ਮੇਰਾ ਫੈਸਲਾ ਬਿਲਕੁਲ ਠੀਕ ਹੈ। ਹਾਲ ਸਾਹਿਬ ਕਹਿ ਰਹੇ ਨੇ ਜੀ ਵਾਪਸ ਵੀ ਕਿਸ਼ਤੀ 'ਤੇ ਚੱਲੀਏ, ਅਤੇ ਮੈਂ ਤਾਂ ਕਹਿੰਦਾ ਜੀ ਪੈਦਲ ਜਾਣਾ। ਕੋਈ ਮਸਲਾ ਨਹੀਂ, ਗਲੀ ਵੀਨਸ ਦੀ ਮਿਲਾਨ ਵੀ ਜਾਣਾ, ਉੱਥੇ ਚਰਚ ਦੇਖਣਾ। ਨਹੀਂ ਤਾਂ ਜੇ ਵੀਨਸ ਦੀਆਂ ਗਲੀਆਂ ਨਾ ਫਿਰੀਆਂ ਤਾਂ ਫਿਰ ਫਾਇਦਾ ਆਉਂਦਾ, ਬਹਿਣ ਦਾ ਤਾਂ ਕੋਈ ਨਹੀਂ ਮਸਲਾ, ਬਹਿ ਜਾਂਦੇ, ਟਿਕਟ ਵੀ ਕੋਲ ਹੈ, ਹਲੇ ਵੈਲਿਡ ਵੀ ਹੈ। ਆ ਮਾਹੌਲ ਕੌਣ ਵੇਖੇਗਾ ਜਾਂ ਕੌਣ ਵਿਖਾਏਗਾ ਸਾਨੂੰ, ਚੈੱਕ ਕਰੋ ਜੀ ਗਲੀਆਂ। ਅੱਛਾ ਜੀ, ਇਹ ਮਾਹੌਲ ਹੈ, ਆ ਗੋਂਦੋਲੇ ਨੇ ਇੱਥੇ ਰਾਣਾ ਸੁਨਾਵਲਾ ਸਾਡੇ ਖਰਚੇ ਦੇ ਉੱਤੇ ਯਾਸ਼ੀ ਕਰਕੇ ਗਿਆ ਥੋੜ੍ਹੇ ਦਿਨ ਪਹਿਲੇ, ਅਤੇ ਹਾਫ ਸਾਹਿਬ ਡਰਦੇ ਨਹੀਂ ਪੈ ਰਹੇ, ਯਾਸ਼ੀ ਕਰਨਾ ਚਾਹ ਰਹੇ ਸਾਂ। ਅੱਛਾ, ਲੇਕਿਨ ਦਿਲ ਜਿਹੜਾ ਨਾ ਉਹ ਨਹੀਂ ਬਰਦਾਸ਼ਤ ਕਰਦਾ ਪਿਆ, ਇੱਥੇ ਸਫ਼ਰ ਬੜਾ ਰਿਸਕੀ ਲੱਗਦਾ ਪਿਆ ਮੈਨੂੰ। ਨਹੀਂ ਰਿਸਕੀ ਐਡਾ ਕੋਈ ਨਹੀਂ, ਬਸ ਠੀਕ ਹੀ ਹੈ, ਨਾਰਮਲ ਰਿਸਕ ਮਜ਼ਾ ਨਾ। ਗਲੀਆਂ ਗਲੀਆਂ 'ਚ ਪਾਉਂਦਾ ਨਾ ਠੀਕ ਸੀ, ਜਦੋਂ ਸਮੁੰਦਰ ਵੱਲ ਲਾਈ ਜਾਂਦਾ ਫਿਰ ਉਹਨੂੰ ਆਖੀਏ ਵੀ ਚੁੰਦੀ ਜਾਣ ਦੇ, ਆਹ ਫਿਰ ਇਹ ਹੀ ਹੋ ਸਕਦਾ। ਬਾਕੀ ਆ ਵੇਖੋ ਜੀ ਗੋਂਦੋਲਿਆਂ ਦੀ ਟ੍ਰੈਫਿਕ ਜਾਮ ਹੈ, ਇੰਜੋਏ ਕਰ ਰਹੀ ਹੈ ਆਵਾਮ, ਅਤੇ ਅਸੀਂ ਕੋਲ ਖਲੋ ਕੇ ਡਰ ਰਹੇ ਹਾਂ ਬਸ। ਇਹ ਦੇਖੋ ਜੀ ਸ਼ਹਿਰ ਸਾਰਾ ਭਰਿਆ ਪਿਆ ਐਵੇਂ ਦੇ ਨਜ਼ਾਰਿਆਂ ਨਾਲ। ਕਦੇ ਵੀ ਤੁਸੀਂ ਵੀਨਸ ਆਓ ਅਤੇ ਇੱਕ ਸਾਈਡ ਕਿਸ਼ਤੀ 'ਤੇ ਇੰਜੋਏ ਕਰਨੀ ਹੈ ਜਾਂਦੇ ਹਾਂ, ਅਤੇ ਵਾਪਸ ਪੈਦਲ ਆਉਣਾ। ਅਗਰ ਤੁਸੀਂ ਬੋਟ 'ਤੇ ਜਾਓ, ਬੋਟ 'ਤੇ ਆਓ ਫਿਰ ਤੁਸੀਂ ਫਿਰਿਆ ਕੀ ਛਿੱਕੂ, ਅਤੇ ਜਾਂ ਜਾਣਾ ਪੈਦਲ ਹੈ ਵਾਪਸ ਬੋਟ 'ਤੇ ਆਇਓ। ਸਾਹ ਸਾਨੂੰ ਚੜ੍ਹ ਗਿਆ ਲੇਕਿਨ ਮਜ਼ਾ ਆ ਰਿਹਾ, ਕਿਉਂ ਆਫ ਸਾਹਿਬ? ਮੈਂ ਕਿਹਾ ਸਾਹ ਚੜ੍ਹ ਗਿਆ ਪਰ ਮਜ਼ਾ ਆ ਰਿਹਾ। ਬਾਰਿਸ਼ ਨਾ ਨਾ ਹੁੰਦੀ ਜੀ। ਵੀਨਸ ਤੋਂ ਅਸੀਂ ਨਿਕਲ ਆਏ ਹਾਂ, ਵੀਨਸ ਤੋਂ ਅਸੀਂ ਨਿਕਲ ਆਏ ਹੁਣ ਇੱਕ ਸਰਵਿਸ ਏਰੀਏ ਤੋਂ ਰੁਕੇ ਹਾਂ, ਅਤੇ ਹਾਫਿਜ਼ ਸਾਹਿਬ ਨੂੰ ਮੈਂ ਆਪਣਾ ਕੋਂਬੀਨੇਸ਼ਨ, ਮੇਰਾ ਤਾਂ ਤੁਹਾਨੂੰ ਪਤਾ ਹੀ ਹੈ, ਇਹ ਮੈਂ ਖਾਣਾ ਲਾਜ਼ਮੀ ਨਾਲ, ਇਹ ਮੈਂ ਹਾਫਿਜ਼ ਸਾਹਿਬ ਨੂੰ ਟਰਾਈ ਕਰਾਉਣ ਲੱਗਾ, ਬਾਅਦ 'ਚੋਂ ਇਹਨਾਂ ਕੋਲ ਰਿਵਿਊ ਲਾਂਗੇ ਵੀ ਕੈਸਾ ਲੱਗਿਆ, ਮਜ਼ਾ ਆਇਆ ਕੋਈ ਨਹੀਂ ਆਇਆ। ਹਾਫਿਜ਼ ਸਾਹਿਬ ਤੁਸੀਂ ਚਾਕਲੇਟ ਖਾਣੀ ਰੈੱਡ ਬੁੱਲ ਨਾਲ ਅਤੇ ਦੱਸਣਾ, ਅਤੇ ਇੱਥੇ ਵੈਸੇ ਵੀਡੀਓ ਫੋਟੋ ਬਣਾਉਣੀਆਂ ਚਾਹੀਦੀਆਂ, ਲਾਈਟ ਬਹੁਤ ਅੱਛੀ ਆ ਰਹੀ ਹੈ, ਮੇਰੀ ਭਾਵੇਂ ਨਾ ਆਉਂਦੀ ਹੋਵੇ ਪਿੱਛੋਂ ਰੋਸ਼ਨੀ ਨਹੀਂ ਨਾ ਕੋਈ ਆ ਰਿਹਾ। ਨਹੀਂ ਨਹੀਂ ਠੀਕ ਆ ਰਹੀ, ਠੀਕ ਆ ਰਿਹਾ, ਉੱਤੇ ਲਾਈਟ ਠੀਕ ਹੈਗੀ। ਚਲੋ ਕੋਈ ਗੱਲ ਨਹੀਂ।
ਅਸੀਂ ਇਸ ਟਾਈਮ ਵਿਜਨਸ ਤੋਂ ਮਿਲਾਨ ਪਹੁੰਚ ਗਏ ਹਾਂ। ਪਹਿਲਾਂ ਜਿੱਥੇ ਵਲੋਗ ਛੱਡੇ ਸੀ ਉੱਥੋਂ ਹਾਫ ਸਾਹਿਬ ਤੋਂ ਪੁੱਛ ਰਿਹਾ, ਹਾਫ ਸਾਹਿਬ ਉਹ ਜਿਹੜਾ ਚਾਕਲੇਟ ਅਤੇ ਕਿੱਧਰ ਗਏ ਹੋ? ਚਾਕਲੇਟ ਅਤੇ ਰੈਡਬੁੱਲ ਦਾ ਕੋਂਬੀਨੇਸ਼ਨ ਸੀ, ਕੈਸਾ ਲੱਗਾ ਸੀ? ਮੈਂ ਕਹਿੰਦਾ ਚਾਕਲੇਟ ਮੈਨੂੰ ਨਾਰਮਲ ਮੈਂ ਇੰਨੀ ਪਸੰਦ ਨਹੀਂ ਕਰਦਾ, ਲੇਕਿਨ ਇੰਸਟੈਂਟ ਉਹਨੂੰ ਖਾ ਕੇ ਮੈਂ ਕਿਹਾ ਯਾਰ ਇੱਕ ਹੋਰ ਹੋਣੀ ਚਾਹੀਦੀ ਹੈ। ਮਜ਼ਾ ਆਇਆ ਸੀ ਨਾ? ਬਹੁਤ ਜ਼ਿਆਦਾ ਮਜ਼ਾ ਆਇਆ ਸੀ, ਅਤੇ ਹੁਣ ਮੈਂ ਉਹੀ ਖਾਣੀ ਹੈ ਇੱਥੇ ਆ ਕੇ ਵੀ। ਤੁਹਾਡਾ ਮੇਰਾ ਕਾਫੀ ਮੈਚ ਕਰਦਾ ਨਾ ਸਿਸਟਮ, ਨਹੀਂ ਤਾਂ ਆਮ ਤੌਰ 'ਤੇ ਮੁੰਡੇ ਮੈਨੂੰ ਆਉਂਦੇ ਨੇ ਵੀ ਇਹ ਕੀ ਮਿੱਠੇ ਦੇ ਨਾਲ ਮਿੱਠਾ, ਉਹ ਮਿੱਠਿਆਂ ਨੂੰ ਸਮਝ ਨਹੀਂ ਨਾ ਆਉਂਦਾ ਵੀ ਕੀ ਮਜ਼ਾ। ਅਸਲ 'ਚ ਨਾਲ ਮਹਿਫਲ ਵੀ ਉਸ ਤਰ੍ਹਾਂ ਦੀ ਹੈ, ਸਿਰਫ ਮੈਚਿੰਗ ਹੀ ਨਹੀਂ ਹੈਗੀ ਬਿਲਕੁਲ, ਅਤੇ ਬਾਕੀ ਮਿੱਠੇ ਦੇ ਨਾਲ ਮਿੱਠਾ। ਮੈਂ ਕਾਕਰੀ ਸ਼ਖਸੀਅਤ ਇੱਕ ਰੈਡ ਬੁੱਲ ਇੱਕ ਚਾਕਲੇਟ, ਹਾਂ ਥ੍ਰੀ ਇਨ ਵਨ ਦਾ। ਹੁਣ ਤੁਸੀਂ ਮੈਨੂੰ ਮਿੱਠਾ ਨਾ ਆਖੀ ਜਾਓ, ਨਹੀਂ ਮਿੱਠਾ ਤਾਂ ਤੁਸੀਂ ਆਏ ਯਾਰ। ਉਹ ਯਾਰ ਕਿਹੜੇ ਚੱਕਰ ਚ ਯਾਰ, ਵੈਸੇ ਸਵੀਟ ਕਹਿ ਰਹੇ ਨੇ ਤੇ ਇਹ ਤੁਸੀਂ ਮਿਲਾਨ ਦਾ ਵੀ ਵੇਖ ਲਓ। ਹਾਫ ਸਾਹਿਬ ਕੀ ਕਹਿਣਾ ਚਾਹੋਗੇ ਇਸ ਸਟਰੀਟ ਬਾਰੇ? ਮੈਂ ਕਹਿੰਦਾ ਜੀ ਮੈਂ ਕਾਫੀ ਜ਼ਿਆਦਾ ਵਾਕ ਸਟਰੀਟ ਖਿਣੀਆਂ ਨੇ ਦੁਨੀਆਂ ਦੇ ਕੈਪੀਟਲ ਸਿਟੀਜ਼ ਦੀਆਂ, ਹਾਂ, ਲੇਕਿਨ ਸ਼ਾਮ ਦੇ ਟਾਈਮ ਮੈਂ ਕੋਈ ਵਿਊ ਨਹੀਂ ਕਿਸੇ ਦਾ ਵੇਖਿਆ। ਮੈਂ ਜਿਹੜੀ ਲਾਈਟਿੰਗ ਹੈ ਐਸਥੈਟਿਕ ਸਟੋਰ ਹੈ ਮੇਰੇ ਖਿਆਲ ਨਾਲ, ਕੋਈ ਉਹ ਜਿਹੜੇ ਜੜੀ ਬੂਟੀਆਂ ਵਾਲੇ ਨੀ ਹੁੰਦੀਆਂ ਚੀਜ਼ਾਂ, ਉਹਨਾਂ ਦਾ ਕੋਈ ਲੈਣ ਦੇਣ ਨਹੀਂ। ਪੂਰਾ ਮਹਿਸੂਸ ਹੋ ਰਹੇ ਨੇ ਕਮਾਲ ਹੈ ਜੀ, ਕਮਾਲ ਹੈ ਜੰਨਤ ਹੈ। ਅੱਛਾ, ਖੂਬਸੂਰਤ ਨਜ਼ਾਰੇ ਮਿਲਾਨ ਦੇ, ਆਰਕੀਟੈਕਚਰ ਜਿਹੜਾ ਉਹਨੇ ਦੱਸਿਆ ਕਿ ਅਸਲ ਆਰਕੀਟੈਕਟ ਕੀ ਹੁੰਦਾ। ਬਾਮ ਨੂੰ ਵਹਾਈਏ, ਵਹਾਓ ਵਹਾਓ ਜ਼ਰੂਰ ਵਹਾਓ, ਕਿਆ ਬਾਤ ਹੈ। ਮੈਂ ਤਾਂ ਇੱਥੇ ਆਉਂਦਾ ਰਹਿੰਦਾ ਅਤੇ ਹਾਫ ਸਾਹਿਬ ਪਹਿਲੀ ਦਫ਼ਾ ਵੇਖ ਰਹੇ ਨੇ, ਉਹਨਾਂ ਦਾ ਐਕਸਪੀਰੀਅੰਸ ਜਿਹੜਾ ਨਾ ਜ਼ਿਆਦਾ ਅੱਛਾ ਹੋਣਾ। ਮੈਂ ਤਾਂ ਨਾਰਮਲੀ ਆਉਂਦਾ ਰਹਿੰਦਾ, ਅਤੇ ਮੇਰੀ ਤਾਂ ਮੋਸਟ ਫੇਵਰੇਟ ਜਗ੍ਹਾ ਪੂਰੇ ਇਟਲੀ 'ਚ ਕਹਿ ਲਓ ਜਾਂ ਯੂਰਪ 'ਚ ਕਹਿ ਲਓ। ਅੱਛਾ ਸਾਹਿਬ, ਇੱਥੇ ਸਾਰੇ ਬ੍ਰਾਂਡ ਨੇ ਮਾਸ਼ਾਅੱਲਾ, ਐਲ ਵੀ, ਗੁੱਚੀ, ਡਿਓਰ, ਸ਼ਨੈਲ, ਡੋਲਚੇ ਗਬਾਨਾ। ਘਰ ਦੀ ਕੋਈ ਚੀਜ਼ ਲੈਣੀ ਹੋਵੇ, ਮੇਰੇ ਖਿਆਲ ਕੋਈ ਟ੍ਰੈਡੀਸ਼ਨਲ ਚੀਜ਼ ਕਰਨੀ ਚਾਹੀਦੀ ਹੈ, ਕੋਈ ਸ਼ਨੈਲ ਦੀ ਜਾਂ ਗੁੱਚੀ ਲੈਣਾ, ਕੋਈ ਸ਼ਾਲ ਜਾਂ ਮਫਰਲ, ਕੋਈ ਇੱਕ ਦੋ ਖਾਣੇ ਆ ਮਫਰਲ ਲੈਣਾ ਸ਼ਾਲ। ਮੇਰਾ ਖਿਆਲ ਪੈਸਾ ਦੇਖਦੇ ਹਾਂ ਤਾਂ ਕਿ ਇੰਨੀ ਖੂਬਸੂਰਤ ਜਗ੍ਹਾ 'ਚੋਂ ਕੋਈ ਖੂਬਸੂਰਤ ਚੀਜ਼ ਜਿਹੜੀ ਹਰ ਟਾਈਮ ਜਿਹੜਾ ਨਾ ਉਹ ਓੜ ਕੇ ਰੱਖੀ ਜਾਏ, ਅਤੇ ਉਹੀ ਮੈਂ ਦਿਲ ਕਰ ਰਿਹਾ ਹੁਣ। ਜਾਂ ਕਿਤੇ ਗੁੱਚੀ ਦੇਖ ਅਤੇ ਜਾਂ ਕਿਤੇ ਸ਼ਨੈਲ ਦੇਖ, ਮੈਨੂੰ ਕੋਈ ਦੋ ਪਸੰਦ ਨਹੀਂ ਆਇਆ। ਚਲੋ ਵੇਖ ਲੈਂਦੇ ਹਾਂ, ਆਵਾਮ ਨੂੰ ਹੀ ਵਹਾਈਏ ਨਾ ਇੱਥੇ ਮਾਹੌਲ ਸਾਰਾ। ਪਹਿਲੇ ਵੀ ਮੈਂ ਬੜੀਆਂ ਵੀਡੀਓ 'ਚ ਵਹਾ ਚੁੱਕੇ ਹਾਂ, ਲੇਕਿਨ ਮੇਰਾ ਦਿਲ ਨਹੀਂ ਰੱਜਦਾ ਵਹਾ ਵਹਾ ਕੇ। ਆਹ ਉੱਤੇ ਗੁੰਬਦ ਵੇਖੋ, ਹੁਣ ਸਾਨੂੰ ਵਲੌਗ ਵੀ ਜਲਦੀ ਖਤਮ ਕਰਨਾ ਪੈਣਾ ਕਿੱਧਰ ਗਏ, ਉਹਦੀ ਵਜ੍ਹਾ ਹੈ ਕਿ ਮੈਂ ਭੁੱਲ ਗਿਆ ਹਾਂ ਆਈਕਲਾਉਡ 'ਚ ਅਪਲੋਡ ਕਰਨਾ, ਅਤੇ ਮੈਮਰੀ ਹੋ ਗਈ ਹੈ ਫੁੱਲ। ਬਾਅਦ ਕੋਸ਼ਿਸ਼ ਕਰਨੀ ਹੈ ਅਗਰ ਮਜ਼ੀਦ ਵੀਡੀਓ ਬਣਾ ਸਕੀਏ ਨਾਲ ਨਾਲ, ਠੀਕ ਹੋ ਗਿਆ। ਜੇ ਵਾਲ ਤੁਸੀਂ ਵੇਖ ਰਹੇ ਹੋ ਕਿੰਜ, ਉੱਥੇ ਬਾਰਿਸ਼ ਦਾ ਪਾਣੀ ਪੈ ਗਿਆ ਸੀ, ਸਾਰਾ ਸਿਰ ਗਿੱਲਾ ਹੋ ਗਿਆ। ਹਾਂ ਸਭ ਇਟਾਲੀਅਨ ਪੀਜ਼ਾ ਖਾ ਰਹੇ ਨੇ। ਅੱਛਾ ਜੀ, ਕੱਲ੍ਹ ਦਾ ਦਿਨ ਤੁਸੀਂ ਵੇਖਿਆ ਸਾਰਾ, ਅੱਜ ਹਾਫ ਸਾਹਿਬ ਨੂੰ ਸੀ ਆਫ ਕਰਨ ਆਏ ਹਾਂ ਮਿਲਾਨ ਸੈਂਟਰਲ ਸਟੇਸ਼ਨ 'ਤੇ ਹਾਂ, ਅਤੇ ਇੱਥੇ ਪਾਰਕਿੰਗ ਨਹੀਂ ਸੀ ਮਿਲ ਰਹੀ, ਇਸ ਵਜ੍ਹਾ ਤੋਂ ਗੱਡੀ ਲਾਈਏ ਗਲਤ ਜਗ੍ਹਾ 'ਤੇ, ਇੱਥੇ ਵਿੱਚ ਬੰਦੇ ਦਾ ਬਹਿਣਾ ਜ਼ਰੂਰੀ ਸੀ।
ਤੇ ਨਾਲ ਫਿਰ ਆਪਣਾ ਕੋਚ ਸਾਹਿਬ ਸਨ, ਉਹਨਾਂ ਨੂੰ ਮੈਂ ਕਿਹਾ ਵੀ ਤੂੰ ਬਿਠਾ ਜਾ ਇਹਨਾਂ ਨੂੰ ਟ੍ਰੇਨ 'ਤੇ, ਕਿਉਂਕਿ ਉਹਨਾਂ ਹੁਣ ਇੱਥੋਂ ਜਾਣਾ ਜਰਮਨੀ, ਅਤੇ ਗੱਡੀ ਦਾ ਵਿੱਚ ਡਰਾਈਵਰ ਬੈਠਣਾ ਜ਼ਰੂਰੀ ਸੀ, ਇਸ ਵਜ੍ਹਾ ਤੋਂ ਫਿਰ ਮੈਂ ਗੱਡੀ 'ਚ ਬੈਠਾ ਵਾਂ। ਅਤੇ ਇਹੀ ਮਾਮਲਾ ਸਾਰੇ, ਕੱਲ੍ਹ ਦਾ ਦਿਨ ਵੀ ਤੁਸੀਂ ਵੇਖ ਲਿਆ, ਵੀਨਸ ਫਿਰੇ, ਫਿਰ ਮਿਲਾਨ ਫਿਰੇ, ਖਾਣਾ ਸ਼ਾਣਾ ਉਹਨਾਂ ਨੂੰ ਇਟਾਲੀਅਨ, ਸੁਬਹਾ ਸੁਬਹਾ ਪਾਸਤਾ ਵੀ ਖਵਾਇਆ, ਉਹਨਾਂ ਦਾ ਖਵਾਹਿਸ਼ ਸੀ ਕਿ ਮੈਂ ਕੁਛ ਇਟਾਲੀਅਨ ਫੂਡ ਖਾਣਾ, ਕੱਲ੍ਹ ਪੀਜ਼ਾ ਖਵਾਇਆ, ਸੁਬਹਾ ਪਾਸਤਾ ਘਰ ਬਣਾ ਕੇ ਖਵਾਇਆ। ਅਤੇ ਇੰਜੀ ਉਹਨਾਂ ਦਾ ਇਟਲੀ ਦਾ ਵੀ ਟੂਰ ਕੰਪਲੀਟ ਹੋ ਗਿਆ। ਮੌਸਮ ਅੱਜ ਵੀ ਬਾਰਿਸ਼ ਵਾਲਾ ਹੀ ਹੈ ਸਾਰਾ, ਅਤੇ ਉਮੀਦ ਕਰਨਾ ਆਪ ਸਾਹਿਬ ਨੂੰ ਸਾਡੀ ਮਹਿਮਾਨ ਨਵਾਜ਼ੀ ਵੀ ਪਸੰਦ ਕਰ ਆਈ ਹੋਏਗੀ। 24 ਘੰਟੇ ਦਾ ਟਾਈਮ ਸੀ ਸਾਡੇ ਕੋਲ ਸਿਰਫ, ਅਤੇ ਉਹਦੇ 'ਚ ਮੈਕਸੀਮਮ ਜਿੰਨਾ ਹੋ ਸਕਦਾ ਸੀ ਅਸੀਂ ਉਹਨਾਂ ਨੂੰ ਫਰਾਟਰਾ ਦਿੱਤਾ, ਜੋ ਜੋ ਵੀ ਇਟਲੀ ਦਾ ਵਹਾ ਸਕਦੇ ਸੀ ਵਹਾ ਦਿੱਤਾ, ਅਤੇ ਕਹਿ ਤਾਂ ਰਹੇ ਨੇ ਮਜ਼ਾ ਬੜਾ ਆਇਆ, ਹੁਣ ਅੱਗੋਂ ਅੱਲਾ ਜਾਣਦਾ। ਆਪ ਸਾਹਿਬ ਨੂੰ ਸਟੇਸ਼ਨ ਛੱਡਣ ਤੋਂ ਬਾਅਦ ਮੈਂ ਸੋਚਿਆ ਹੁਣ ਛੁੱਟੀ ਤਾਂ ਕੀਤੀ ਹੈ, ਅਤੇ ਮੌਸਮ ਵੀ ਬੜਾ ਅੱਛਾ ਤੁਹਾਨੂੰ ਪਤਾ, ਅਤੇ ਛੁੱਟੀ ਤਾਂ ਕੀਤੀ ਅਤੇ ਪੂਰਾ ਮੈਂ ਕਿਹਾ ਇੰਜੋਏ ਕਰੀਏ। ਹੁਣ ਮੈਂ ਸਮੋਸੇ ਲੈ ਕੇ ਆਇਆ, ਆਹ ਸ਼ੇਵ ਸਾਹਿਬ ਦੀ ਫੈਕਟਰੀ ਹੈ, ਇੱਥੇ ਚੱਲੇ ਹਾਂ, ਬਹਿ ਕੇ ਸਮੋਸੇ ਖਾਵਾਂਗੇ। ਸ਼ੇਵ ਸਾਹਿਬ ਨੇ ਨਜ਼ਰ ਆ ਰਹੇ ਹੋਣੇ ਨੇ, ਇਹ ਫੈਕਟਰੀ ਇਹਨਾਂ ਦੀ, ਪਰ ਮਜ਼ਦੂਰਾਂ ਹਰ ਕੰਮ ਕਰਦੇ ਨੇ ਇੱਥੇ, ਇੰਝ ਚੱਲਦਾ। ਪੂਰਾ ਦਿਓ ਆਹ ਸ਼ੇਵ ਸਾਹਿਬ ਦੀ ਫੈਕਟਰੀ ਵੇਖ ਲਓ ਜੀ, ਕੀ ਡਿੱਗ ਗਿਆ ਫਿਰਦਾ ਬਾਂਦਰ ਹੋਇਆ, ਗੀਜ਼ਰ ਏਡਾ ਵੱਡਾ, ਇਹਦੇ ਪੂਰੇ ਇਹ ਪੂਰੇ ਕਮੂਨੇ ਨੂੰ ਪਾਣੀ ਦੇਣ ਲਈ। ਕੈਸੇ ਲੱਗੇ ਸਮੋਸੇ, ਮਜ਼ੇਦਾਰ ਕਿਉਂ ਸੇ ਆਪ ਥੋੜਾ ਆਪਣੀ ਫੈਕਟਰੀ ਬਾਰੇ ਦੱਸ ਦੱਸੋ ਤੇ ਸਹੀ ਉਹ ਦੱਸੋ ਯਾਰ, ਅੱਜ ਮੋਗੀ ਬੰਦਾ ਚਾਹੀਦਾ ਹੋਇਆ ਕੰਮ ਵਾਸਤੇ, ਦੱਸੋ ਮੈਨੂੰ। ਮੈਨੂੰ ਤੁਸੀਂ ਧੱਕੇ ਨਾ ਕੱਢ ਰਹੇ ਹੋ, ਬਾਹਰ 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 ਬਾਰਿਸ਼ ਲੱਗੀ ਹੈ। ਅੱਛਾ ਜੀ ਹੁਣ ਸ਼ੇਵ ਸਾਹਿਬ ਸੀ ਆਫ ਕਰਨਗੇ ਮੈਨੂੰ ਵਲੋਗ, ਯਾਰ ਸੀ ਕਿਉਂ ਜਾ ਰਹੇ ਹੋ ਸੀ ਆਫ ਕਰਨ ਦਾ ਕੀ ਮਤਲਬ ਮੈਨੂੰ ਗੱਡੀ ਤੱਕ ਛੱਡਣ ਆ ਰਹੇ ਹੋ? ਛੱਡਣ ਆ ਰਿਹਾ ਜ਼ੋਰੇ ਭਲਾ ਭਲਾ ਕੇ ਕਿ ਯਾਰ ਛੱਡਿਆ ਛੱਡਿਆ, ਤੇ ਜਿਹੜਾ ਨਾ ਵਲੋਗ ਇੱਥੇ ਹੀ ਖਤਮ ਕਰਨਾ ਹੈ। ਮਾਸ਼ਾਅੱਲਾ ਸ਼ੇਵ ਸਾਹਿਬ ਦੀ ਫੈਕਟਰੀ ਬਾਹਰੋਂ ਵੀ ਵੇਖੋ, ਬੜੀ ਤਰੱਕੀ ਕਰ ਰਹੇ ਨੇ, ਅੱਲਾਹ ਤਾਲਾ ਮਜ਼ੀਦ ਤਰੱਕੀ ਦੇਵੇ। ਠੀਕ ਹੈ, ਕਰਨਾ ਕੀ ਚਾਹੁੰਦੇ ਆ, ਆਪਣਾ ਮੂੰਹ ਦਿਖਾ ਰਹੇ ਲੋਕ ਕਿੰਨੇ ਤਕੜਾ ਚਾਹੁੰਦੇ ਨੇ, ਤੇ ਅੱਲਾਹ ਹਾਫਿਜ਼ ਕਹਿ ਦਿਓ ਮੇਰੀ ਆਡੀ, ਅੱਲਾਹ ਹਾਫਿਜ਼, ਸਬਸਕ੍ਰਾਈਬ ਕਰੇ ਭਾਈ ਕੋ, ਅਗਲੇ ਵਲੌਗ ਮੇ ਹੋਗੀ ਦੁਬਾਰਾ ਮੁਲਾਕਾਤ, ਸ਼ਾਇਦ ਅਗਲਾ ਵਲੌਗ ਆਵੇ ਬਟਨ ਦੇ ਬਾਅਦ, ਅਗਲਾ ਵਲੌਗ ਆਏਗਾ ਦਿਲਜੀਤ ਦੁਸਾਂਝ ਦੇ ਕਨਸਰਟ ਦਾ। ਹਾਂ ਉਹ ਐਸੀ ਸਾਥ ਖੜੇ ਹੋਣਗੇ ਦਿਲਜੀਤ ਕੇ, ਹਾਂ ਇਨਸ਼ਾਅੱਲਾ, ਕੀ ਪਤਾ ਕੁਝ ਗਾਰ ਲੱਗ ਜਾਏ ਯਾਰ। ਸਹੀ ਹੈ ਸਹੀ ਹੈ ਯਾਰ, ਬਾਰਿਸ਼ ਬੜੀ ਹੈ, ਅੱਲਾਹ ਹਾਫਿਜ਼। ਕੱਲੇ ਹੋਣਾ ਦਿਲਜੀਤ ਨਾਲ ਯਾਰ, ਕੋਈ ਲੰਘਦਾ ਟਾਪ ਸਹੀ ਹੈ ਜੀ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼।